ਠੱਗੀਆਂ ਕਰਕੇ ਵਧੇ ਨਾਜਾਇਜ਼ ਸ਼ਰਾਬ ਦੇ ਧੰਦਿਆਂ ਖਿਲਾਫ ਕਾਰਵਾਈ ਕਰਦਿਆਂ ਮੰਡ ਏਰੀਆ ਵੱਡੀ ਕਾਰਵਾਈ ਕਰਦਿਆਂ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੀ ਹਾਜ਼ਰੀ ਵਿੱਚ 2000 ਲੀਟਰ ਲਾਹਣ ਨਸ਼ਟ ਕੀਤੀ ਗਈ। ਪੁਲਿਸ ਨੂੰ ਦੇਖ ਕੇ ਦੋਸ਼ੀ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਮੌਕੇ ਥਾਣਾ ਮੁਖੀ ਸੁਰਜੀਤ ਸਿੰਘ ਪੱਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਤਲਵਣ ਵਿਖੇ ਗਸ਼ਤ ਕਰ ਰਹੀ ਸੀ ਕਿ ਨਜਾਇਜ਼ ਸ਼ਰਾਬ ਦੇ ਧੰਦੇ ਦੀ ਗੁਪਤ ਸੂਚਨਾ ਮਿਲਣ ਤੇ ਮੰਡ ਏਰੀਏ ਵਿੱਚ ਛਾਪਾਮਾਰੀ ਕੀਤੀ ਗਈ ਅਤੇ 2000 ਲੀਟਰ ਲਾਹਣ ਤੋਂ ਇਲਾਵਾ ਸ਼ਰਾਬ ਕੱਢਣ ਲਈ ਵਰਤੇ ਜਾਣ ਵਾਲੇ ਯੰਤਰ ਅਤੇ ਬਾਲਣ ਨੂੰ ਨਸ਼ਟ ਕੀਤਾ ਗਿਆ। ਸ਼੍ਰੀ ਪੱਡਾ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਿਲਗਾ ਤੋਂ ਵਿਨੋਦ ਬੱਤਰਾ ਦੀ ਰਿਪੋਰਟ। ਜੋ ਆਪ ਜੀ ਨੂੰ ਪਤਾ ਹੀ ਆ ਕਿ ਕਰੋਨਾ ਵਾਇਰ ਜਿਹੜਾ ਵਰਲਡ ਵਿੱਚ ਫੈਲਿਆ ਹੋਇਆ ਤਾਂ ਆਪਣੀ ਕੰਟਰੀ ਅਤੇ ਆਪਣੀ ਸਟੇਟ ਵਿੱਚ ਵੀ ਇਸਦਾ ਕਾਫੀ ਪ੍ਰਭਾਵ ਆ, ਜਿਸ ਕਰਕੇ ਲੋਕਡਾਊਨ ਕੀਤਾ ਹੋਇਆ, ਠੇਕੇ ਸ਼ਰਾਬ ਦੇ ਬੰਦ ਆ। ਇਸ ਕਰਕੇ ਮੰਡ ਏਰੀਆ ਜਿਹੜਾ ਸਾਡਾ ਥਾਣਾ ਬਿਲਗਾ ਦਾ ਕਰੀਬ 17 ਕਿਲੋਮੀਟਰ ਸਤਲੁਜ ਦਰਿਆ ਨਾਲ ਲੱਗਦਾ, ਇੱਥੇ ਜ਼ਿਆਦਾਤਰ ਰਾਵ ਬਰਾਦਰੀ ਰਹਿੰਦੀ ਆ, ਜਿਹੜੀ ਕਿ ਪਹਿਲਾਂ ਵੀ ਇਸ ਸ਼ਰਾਬ ਕੱਚੀ ਨਜਾਇਜ਼ ਕੱਢਣ ਦਾ ਧੰਦਾ ਕਰਦੇ ਆ, ਤਾਂ ਹੁਣ ਵੀ ਠੇਕੇ ਬੰਦ ਹੋਣ ਕਰਕੇ ਇਹ ਲੋਕਾਂ ਨੇ ਥੋੜ੍ਹਾ ਧੰਦਾ ਵਧਾ ਦਿੱਤਾ, ਜਿਸ ਦੇ ਕਰਕੇ ਸਾਡੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਕਰੀਬ 3 ਸਬ ਡਿਵੀਜ਼ਨਾਂ ਜਿਹੜੀਆਂ ਵਾ ਉਹਨਾਂ ਦੇ ਥਾਣੇ ਪੈਂਦੇ ਆ, ਜੋ ਸਾਰੀਆਂ ਸਬ ਡਿਵੀਜ਼ਨਾਂ ਵਜੋਂ ਸੀਨੀਅਰ ਅਫਸਰਾਂ ਦੇ ਹੁਕਮਾਂ ਦੇ ਮੁਤਾਬਕ ਵਾਰ ਵਾਰ ਸਰਚ ਕੀਤੀ ਜਾਂਦੀ ਆ ਅਤੇ ਨਜਾਇਜ਼ ਸ਼ਰਾਬ ਨੂੰ ਜਿਹੜਾ ਵਾ ਡਿਸਟ੍ਰਾਏ ਕੀਤਾ ਜਾ ਰਿਹਾ, ਜੋ ਅੱਜ ਪ੍ਰੈਸ ਜੀ ਦੀ ਹਾਜ਼ਰੀ ਵਿੱਚ ਹੀ ਆਪਾਂ ਨੇ ਸਾਰਿਆਂ ਨੇ ਜਿਹੜਾ ਵਾ ਸਰਚ ਕੀਤੀ ਆ, ਜਿੱਥੋਂ ਕਰੀਬ 10 ਡਿੱਗੀਆਂ ਲਗਭਗ ਲਾਹਣ ਵਜਣੀ ਕਰੀਬ 2000 ਕੇਜੀ ਜਿਹੜੀ ਆ ਨਸ਼ਟ ਕੀਤੀ ਆ, ਆਹ ਕਾਫੀ ਬਾਲਣ ਬੋਲਣ ਵੀ ਸੀ, ਤਾਂ ਹੋਰ ਵੀ ਜਿਹੜਾ ਸ਼ਰਾਬ ਦਾ ਸਮਾਨ ਹੈ ਕੱਢਣ ਦਾ ਉਹ ਨਸ਼ਟ ਕੀਤਾ ਗਿਆ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ, ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।